ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸੱਚੇ ਪਾਤਸ਼ਾਹ ਮਹਾਰਾਜ ਦੀ ਅਪਾਰ ਰਹਿਮਤ ਹੋਈ ਹੈ, ਆਪਾਂ ਵਿਚਾਰਨ ਵਾਸਤੇ, ਆਪੇ ਦਾ ਭੇਦ ਲੈਣ ਵਾਸਤੇ ਜੋ ਤਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 1430 ਅੰਗਾਂ ਦੇ ਵਿੱਚ ਸਾਨੂੰ ਆਪਣੇ ਆਪ ਦਾ ਹੀ ਭੇਦ ਦੇ ਰਹੇ ਨੇ ਕਿ ਇਹ ਰਚਨਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਰਚੀ ਹੈ। ਜਿਸ ਰਚਨਾ ਦੇ ਵਿੱਚ, ਜਿਸ ਬ੍ਰਹਿਮੰਡ ਦੇ ਵਿੱਚ ਸਾਡਾ ਮਨ ਪੰਜ ਭੂਤਕ ਸਰੀਰ ਲੈ ਕੇ ਮਾਇਆ ਦੇ ਦੇਸ਼ ਵਿੱਚ ਖੇਡਣ ਵਾਸਤੇ ਆਉਂਦਾ ਹੈ, ਕਿਸ ਤਰ੍ਹਾਂ ਮਾਇਆ ਜਾਲ ਪਾਉਂਦੀ ਹੈ, ਕਿਸ ਤਰ੍ਹਾਂ ਮਾਇਆ ਇਹਨੂੰ ਖੁਆਰ ਕਰਦੀ ਹੈ, ਜੂਨਾਂ ਦੇ ਵਿੱਚ ਪਾ ਦਿੰਦੀ ਹੈ, 84 ਦਾ ਗੇੜ ਇਸ ਨੂੰ ਲੱਗ ਜਾਂਦਾ ਹੈ, ਜਨਮ ਮਰਨ ਦਾ ਚੱਕਰ ਪਿਆਰਿਓ ਇਸ ਨੂੰ ਲੱਗ ਜਾਂਦਾ ਹੈ, ਵਾਰ ਵਾਰ ਇਹ ਜੀਵ ਰੂਪ ਆਤਮਾ ਜਿਹੜੀ ਹੈ ਇਹ ਵੱਖ ਵੱਖ ਜੂਨਾਂ ਭੋਗਦੀ ਹੋਈ, ਤਸੀਹੇ ਦੁੱਖ ਸਹਿੰਦੀ ਹੋਈ, ਅਤੇ ਇਹ ਕਿਸ ਤਰ੍ਹਾਂ ਨਰਕਾਂ ਦੇ ਰਾਹੀਂ ਹੁੰਦੀ ਹੋਈ, 84 ਦੇ ਚੱਕਰ ਜਿਸ ਤਰ੍ਹਾਂ ਖੂਹ ਦੀਆਂ ਟਿੰਡਾਂ ਚੱਲਦੀਆਂ ਨੇ, ਇਸ ਤਰ੍ਹਾਂ ਵਾਰ ਵਾਰ ਜਨਮ ਲੈਂਦੀ ਹੈ, ਕਦੀ ਆਕਾਸ਼ ਲੋਕ, ਕਦੀ ਭੂਮ ਲੋਕ, ਕਦੀ ਪਤਾਲ ਲੋਕ ਨੂੰ ਚਲੇ ਜਾਂਦੀ ਹੈ। ਮਾਨਸ ਜਾਮਾ ਮਿਲਦਾ ਹੈ ਕਈ ਯੁੱਗਾਂ ਤੋਂ ਬਾਅਦ, ਪਰ ਮਾਨਸ ਜਾਮੇ ਦਾ ਲਾਹਾ ਨਾ ਖੱਟਣ ਕਰਕੇ, ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਾ ਕਰਨ ਕਰਕੇ ਫਿਰ ਇਹਨੂੰ ਜੂਨਾਂ ਦੇ ਵਿੱਚ ਖੁਆਰ ਹੋਣਾ ਪੈਂਦਾ ਹੈ, ਭਟਕਣਾ ਪੈਂਦਾ ਹੈ। ਆਓ ਜੋ ਸੱਚੇ ਪਾਤਸ਼ਾਹ ਬਹੁਤ ਹੀ ਸੂਖਮ ਖੇਡ, ਬੜਾ ਬਰੀਕੀ ਦੇ ਵਿੱਚ, ਬੜਾ ਸਹਿਜ ਵਿੱਚ ਸਾਨੂੰ ਸਮਝਾ ਰਹੇ ਨੇ, ਆਓ ਸਮਝਣਾ ਕਰੀਏ। ਮਹਾਰਾਜ ਗੁਰਬਾਣੀ ਵਿੱਚ ਸਮਝਾ ਰਹੇ ਨੇ 184 ਜੂਨ ਸਬਾਈ। ਇਹ ਪਿਆਰਿਓ 84 ਲੱਖ ਜੂਨ ਜਿਹੜੀ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਹੈ। ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਮਾਨਸ ਨੂੰ ਵਡਿਆਈਆਂ ਦਿੱਤੀਆਂ ਨੇ ਮਹਾਰਾਜ ਨੇ। ਇਸ ਪੌੜੀ 'ਤੇ ਜੋ ਨਰ ਚੂਕੇ ਆਏ ਜਾਏ ਦੁੱਖ ਪਾਏ ਦਾ, ਜੇ ਇਸ ਪੌੜੀ ਤੋਂ ਮਾਨਸ ਜਾਮੇ ਆਖਰੀ ਪੌਡਾ ਹੈ 83,09,999 ਜੂਨਾਂ ਜਿਹੜੀਆਂ ਨੇ, ਆ ਤੁਹਾਡੇ ਸਾਹਮਣੇ ਆ ਜੂਨਾਂ, ਇਹ ਭੂਮ ਲੋਕ ਦੀਆਂ ਨੇ, ਇਹ ਪਤਾਲ ਲੋਕ ਦੀਆਂ ਨੇ, ਅਤੇ ਇਹ ਆਕਾਸ਼ ਲੋਕ ਦੀਆਂ ਨੇ। ਜੇ ਮਹਾਰਾਜ ਕਹਿੰਦੇ ਇਸ ਪੌਡੇ ਤੋਂ, ਆਖਰੀ ਪੌਡੇ ਤੋਂ ਇਹਦਾ ਪੈਰ ਤਿਲਕ ਗਿਆ, ਫਿਰ ਇਸ ਗਰਭ ਦੇ ਵਿੱਚ ਇਹਨੂੰ ਆਉਣਾ ਪੈਣਾ, ਮਾਇਆ ਦੇ ਗਰਭ ਦੇ ਵਿੱਚ। ਮਾਇਆ ਦਾ ਗਰਭ, ਇਸ ਮਾਇਆ ਦੇ ਗਰਭ ਦੇ ਵਿੱਚ, ਇਸ ਘੁੰਮਣ ਘੇਰੀ ਦੇ ਵਿੱਚ, ਘੁੰਮਣ ਘੇਰ ਗਾ ਗਾ ਖੜੀ, ਬੜੀ ਘੁੰਮਣ ਘੇਰੀ ਹੈ ਮਾਇਆ ਦੀ, ਵਾਰ ਵਾਰ ਫਿਰ ਇਹ ਮਾਇਆ ਦੇ ਗਰਭ ਦੇ ਵਿੱਚ ਰੁਲਦਾ ਹੈ, ਵਾਰ ਵਾਰ ਗਰਭ ਜੂਨਾਂ ਦੇ ਵਿੱਚ ਗਲਦਾ ਹੈ, ਵਾਰ ਵਾਰ ਇਹਨੂੰ 84 ਦੇ ਚੱਕਰ ਦੇ ਵਿੱਚ ਜੂਨਾਂ ਵਿੱਚ ਘੁੰਮਣ ਕਰਕੇ ਫਿਰ ਦੁੱਖਾਂ ਤਸੀਆਂ ਦੇ ਵਿੱਚ ਘੁੰਮਦਾ ਹੈ। ਇਹ ਦੁੱਖ ਕਿਉਂ ਲੱਗਦਾ ਹੈ? ਅਕਾਲ ਪੁਰਖ ਵਾਹਿਗੁਰੂ ਨੂੰ, ਮਾਤਾ ਪਿਤਾ ਨੂੰ ਭੁੱਲ ਜਾਂਦਾ ਹੈ, ਉਸਦੇ ਨਾਮ ਨੂੰ ਵਿਸਾਰ ਦਿੰਦਾ ਹੈ। ਜਦੋਂ ਨਾਮ ਨੂੰ ਭੁੱਲ ਜਾਂਦਾ ਹੈ, ਸੱਚ ਨੂੰ ਭੁੱਲ ਜਾਂਦਾ ਹੈ, ਫਿਰ ਮਾਰ ਕਹਿੰਦੇ ਨੂੰ ਰੋਗ ਲੱਗਦਾ ਹੈ। ਮਾਰ ਗੁਰਬਾਣੀ ਵਿੱਚ ਦੱਸ ਰਹੇ ਨੇ ਖਸਮ ਵਿਸਾਰ ਕੀ ਇਹ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਆਪਣੇ ਖਸਮ ਨੂੰ, ਮਾਤਾ ਪਿਤਾ ਨੂੰ, ਬ੍ਰਹਮ ਨੂੰ, ਸੱਚ ਨੂੰ, ਅਦੇਖ ਨੂੰ, ਸੁਣ ਨੂੰ ਭੁੱਲ ਗਿਆ। ਦੇਣ ਹਾਰ ਪ੍ਰਭ ਛੋੜ ਕੇ ਲਾਗੇ ਆਣ ਸਵਾਏ, ਨਾਨਕ ਕਹੂੰ ਨਾ ਸਿੱਜਈ ਬਿਨ ਨਾਮੈ ਪਤ ਜਾਏ। ਨਾ ਤਾਂ ਦੇਣ ਹਾਰੇ ਨੂੰ ਵੀ ਭੁੱਲ ਗਿਆ ਇਹ, ਅਤੇ ਉਹਦੇ ਨਾਮ ਨੂੰ ਵੀ ਭੁੱਲ ਗਿਆ। ਬਸ ਆਪਣੀ ਮੱਤ ਵਰਤ ਲਈ, ਆਪਣੀ ਸਿਆਣਪ, ਆਪਣੀ ਮੱਤ ਕਰਕੇ, ਹਉਮੈ ਕਰਕੇ ਇਹਨੂੰ ਫਿਰ ਜੂਨਾਂ ਦੇ ਵਿੱਚ ਜਾਣਾ ਪੈ ਰਿਹਾ ਹੈ। 84 ਦਾ ਚੱਕਰ ਇਹਨੂੰ ਲੱਗ ਰਿਹਾ ਹੈ, ਜਿਹਨੂੰ ਮਾਰ ਕਹਿੰਦੇ ਕਈ ਕੋਟ ਪਤਾਲ ਕੇ ਵਾਸੀ, ਕਦੀ ਪਤਾਲ ਲੋਕ, ਕਦੀ ਭੂਮ ਲੋਕ, ਕਦੀ ਆਕਾਸ਼ ਲੋਕ ਨੂੰ ਚਲਾ ਜਾਂਦਾ ਹੈ। ਫਿਰ ਮਹਾਰਾਜ ਕਿਤੇ ਕਈ ਯੁੱਗਾਂ ਬਾਅਦ ਇਹਨੂੰ ਮੌਕਾ ਦਿੰਦੇ ਨੇ, ਕਈ ਯੁੱਗਾਂ ਬਾਅਦ ਮੌਕਾ ਦਿੰਦੇ ਨੇ। ਮਾਨਸ ਜਾਮਾ ਮਿਲਦਾ ਹੈ ਪਰ ਲਾਹਾ ਨਹੀਂ ਖੱਟਦਾ, ਅਤੇ ਫਿਰ ਕੀ ਹੁੰਦਾ? ਫਿਰ ਵਾਪਸ ਮੁੜ ਜਾਂਦਾ ਹੈ।
ਜੇ ਇਹ 'ਚ ਭਗਤੀ ਕਰੇ, ਸਿਮਰਨ ਕਰੇ, ਨਾਮ ਦੀ ਪ੍ਰਾਪਤੀ ਕਰ ਲਵੇ ਅਤੇ ਸੱਚ ਵਿੱਚ ਸਮਾ ਜਾਵੇ, ਸੱਚ ਵਿੱਚ ਲੀਨ ਹੋ ਜਾਵੇ, ਅਤੇ ਫਿਰ ਕਿੱਦਾਂ ਇਹ ਧਿਆਨ ਦਾ ਖੇਡ ਸਾਰਾ ਚੱਲਦਾ ਹੈ ਪਿਆਰਿਓ। ਧਿਆਨ ਦਾ ਖੇਡ ਹੈ ਜਿੱਧਰ ਸਾਡੇ ਮਨ ਦਾ ਧਿਆਨ ਹੋ ਗਿਆ, ਆਹ ਸਾਡਾ ਮਨ ਹੀ ਘੁੰਮਦਾ ਹੈ 84 ਦੇ ਵਿੱਚ, ਜਿਹਨੂੰ ਮਾਰਗ ਨੇ ਪਸ ਪੰਖੀ ਬਿਰਖ ਅਸਥਾਵਰ ਬਹੁਵਿਧ ਜੂਨ ਭਰਮਿਓ, ਕਹਿੰਦੇ ਇਹਨਾਂ ਜੂਨਾਂ ਦੇ ਵਿੱਚ ਹੀ ਹੁੰਦਾ ਹੋਇਆ, ਭਰਮਦਾ ਹੋਇਆ ਫਿਰ ਇਹ ਚੋਟਾਂ ਖਾਂਦਾ ਹੈ, ਦੁੱਖ ਸਹਿੰਦਾ ਹੈ, ਤਸੀਹੇ ਸਹਿੰਦਾ ਹੈ, ਮਾਇਆ ਦੇ ਗਰਭ 'ਚ ਰੌਲਦਾ ਹੈ। ਧਿਆਨ ਦਾ ਖੇਡ ਹੈ ਪਿਆਰਿਓ। ਜੇ ਇਹਦਾ ਧਿਆਨ ਜਿਹੜਾ ਹੈ ਤਰਲੋਕੀ ਵੱਲ ਰਹਿੰਦਾ ਹੈ, ਮਾਇਆ ਵੱਲ ਰਹਿੰਦਾ ਹੈ, ਫਿਰ ਉਹਨੂੰ ਵੱਖ ਵੱਖ ਜੂਨਾਂ ਭੋਗਣੀਆਂ ਪੈਂਦੀਆਂ ਨੇ। ਜੇ ਪਿਆਰਿਓ ਸਾਡੇ ਮਨ ਦਾ ਜਿਹੜਾ ਧਿਆਨ ਹੈ ਰਜੋਗੁਣੀ ਹੈ, ਰਜੋਗੁਣ ਦੇ ਵਿੱਚ ਕੀ ਚੱਲਦਾ ਹੈ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾ ਸੰਸੇ ਫਿਕਰ ਚਿੰਤਾਵਾਂ ਚੱਲਦੀਆਂ ਨੇ। ਜੇ ਇਹਦਾ ਧਿਆਨ ਰਜੋਗੁਣ 'ਤੇ ਆ ਜਾਂਦਾ ਹੈ, ਰਜੋਗੁਣ ਨੂੰ ਭੂਮਲੋਕ ਕਿਹਾ, ਭੂਮਲੋਕ ਕਿਉਂਕਿ ਇਹਦੇ ਵਿੱਚ ਆਸ਼ਾ ਹੈ, ਅਭਿਲਾਸ਼ਾ ਹੈ, ਤ੍ਰਿਸ਼ਨਾ ਹੈ, ਸੰਸੇ ਨੇ, ਫਿਕਰ ਨੇ। ਭੂਮਲੋਕ ਦੇ ਵਿੱਚ ਉਤਪਜ ਆ ਜਾਂਦੀ ਹੈ, ਉਤਪਜ ਆ ਜਿੰਨੇ ਵੀ ਆਪਾਂ ਪੇੜ ਪੌਦੇ ਦੇਖਦੇ ਹਾਂ, ਉਤਪਜ ਆਉਂਦੀ ਹੈ, ਅਤੇ ਉਤਪਜ ਦੇ ਵਿੱਚ ਕੀੜੇ ਆ ਜਾਂਦੇ ਨੇ, ਸੱਪ ਜੂਨ ਆ ਜਾਂਦੀ ਹੈ, ਪਸ਼ੂਆਂ ਦੀ ਜੂਨ ਆ ਜਾਂਦੀ ਹੈ, ਪੇੜ ਪੌਦੇ ਆ ਜਾਂਦੇ ਨੇ, ਪਹਾੜ ਜੂਨ ਆ ਜਾਂਦੀ ਹੈ। ਭੂਮਲੋਕ ਦੇ ਵਿੱਚ ਧਿਆਨ ਦਾ ਖੇਡ ਚੱਲਦਾ ਹੈ। ਜੋਤ ਊਹਾ, ਜੋਤ ਉਹੀ ਹੈ ਜਿਹੜੀ ਪਰਮਾਤਮਾ ਨੇ ਭੇਜੀ ਸੀ। ਜੋਤ ਊਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਏ। ਨਸਗੁਣ ਗੁਰੂ ਦੀ ਸੰਗਤ ਨਹੀਂ ਕੀਤੀ, ਸੰਤਾਂ ਭਗਤਾਂ ਦੀ ਸੰਗਤ ਨਹੀਂ ਕੀਤੀ, ਹੁਣ ਨਾ ਜੋਤ ਦਾ ਇਸਤੇਮਾਲ ਸਹੀ ਕਰ ਹੋਣ ਕਾਰਨ, ਅਤੇ ਇਹ ਜੋਤ ਦਾ ਧਿਆਨ ਕਿੱਥੇ ਚਲਾ ਜਾਂਦਾ ਹੈ, ਧਿਆਨ ਦਾ ਖੇਡ ਚੱਲਦਾ ਹੈ, ਇਹਦਾ ਧਿਆਨ ਲੱਗ ਜਾਂਦਾ ਹੈ ਰਜੋਗੁਣ ਦੇ ਵਿੱਚ, ਭੂਮਲੋਕ ਦੇ ਵਿੱਚ ਚਲਾ ਜਾਂਦਾ ਹੈ ਜਿੱਥੇ ਉਤਪਜ ਹੈ। ਜੇ ਜ਼ਿਆਦਾ ਸਵਾਸ ਇੱਥੇ ਇਹ ਖਰਚਦਾ ਹੈ ਜਿੱਥੇ ਆਸ਼ਾ ਚੱਲਦੀ ਹੈ, ਆਸ਼ਾ ਅਭਿਲਾਸ਼ਾ ਤ੍ਰਿਸ਼ਨਾ ਸੰਸੇ ਫਿਕਰ, ਜੇ ਇਹਦੇ ਸਵਾਸ ਆਸ਼ਾ ਅਭਿਲਾਸ਼ਾ ਤ੍ਰਿਸ਼ਨਾ ਸੰਸੇ ਫਿਕਰਾਂ 'ਤੇ ਜ਼ਿਆਦਾ ਖਰਚ ਹੁੰਦੇ ਨੇ, ਫਿਰ ਇੱਥੇ ਦਰਗਾਹ ਦੇ ਵਿੱਚ ਵਿਚਾਰ ਕੀਤੀ ਜਾਂਦੀ ਹੈ। ਦਰਗਾਹ ਦੇ ਵਿੱਚ ਕਿ ਇਹਨੇ ਸਵਾਸ, ਮਹਾਰਾਜ ਨੇ ਗੁਰਬਾਣੀ ਵਿੱਚ ਦੱਸਿਆ ਕਿ ਜਿਹੜੇ ਸਾਨੂੰ ਸਾਹ ਆ ਰਹੇ ਨੇ, ਆਹ ਸਾਹ ਜਿਹੜੇ ਬੜੇ ਕੀਮਤੀ ਨੇ, ਸਾਹ ਜਿਹੜੇ ਆ ਰਹੇ ਨੇ ਬੜੇ ਕੀਮਤੀ ਨੇ, ਇਹਨਾਂ ਰਤਨ ਮਾਣਕ ਮੋਤੀਆਂ ਤੋਂ ਵੀ ਇਹ ਮਹਿੰਗੇ ਨੇ। ਇਹ ਸਾਹਾਂ ਦੀ ਕੀਮਤ ਉਦੋਂ ਪਤਾ ਲੱਗਦਾ ਜਦੋਂ ਸਵਾਸ, ਇੱਕ ਸਵਾਸ ਦੀ ਕੀਮਤ ਕੀ ਹੈ ਕਿ ਜਦੋਂ ਸੰਸਾਰ ਤੋਂ ਕੋਈ ਜੀਵ ਜਾਣ ਲੱਗੇ, ਇੱਕ ਸਵਾਸ ਮਹਾਰਾਜ ਦੇ ਦਿਓ, ਪੂਰੀ ਦੁਨੀਆ ਦੀ ਦੌਲਤ ਲੈ ਲਓ, ਇਹ ਨਹੀਂ ਮਿਲਦਾ। ਸਵਾਸਾਂ ਦੀ ਪਰਖ ਇੱਥੇ ਦਰਗਾਹ ਦੇ ਵਿੱਚ ਕੀਤੀ। ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਉੱਥੇ ਥਾਂ ਨਾ ਪਾਇਨ ਕੂੜ ਯਾਰ, ਮੋਹ ਕਾਲੇ ਦੋਜਕ ਚਾਲਿਆ, ਨਾਇਰ ਅਤੇ ਸੇ ਜਨ ਗਏ, ਹਾਰ ਗਏ ਸੀ ਠੱਗਣ ਵਾਲਿਆ, ਲਿਖ ਨਾਵੇਂ ਧਰਮ ਬਹਾਲਿਆ। ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕਚਹਿਰੀ ਦੇ ਵਿੱਚ ਇਹਨੂੰ ਪੇਸ਼ ਕੀਤਾ ਜਾਂਦਾ ਹੈ, ਸਾਹਾਂ ਵਾਲੀ ਰਿਪੋਰਟ ਧਰਮ ਰਾਏ ਅਤੇ ਚਿੱਤਰਗੁਪਤ ਲੈ ਕੇ ਪੇਸ਼ ਹੋ ਜਾਂਦੇ ਨੇ, ਜਿੱਥੇ ਜਿੱਥੇ ਨੇ ਸਵਾਸ ਜ਼ਿਆਦਾ ਖਰਚੇ ਨੇ। ਜੇ ਇਹਦੇ ਰਜੋਗੁਣ ਦੇ ਵਿੱਚ ਆਸ਼ਾ ਅਭਿਲਾਸ਼ਾ ਤ੍ਰਿਸ਼ਨਾ ਦੇ ਵਿੱਚ ਸਵਾਸ ਖਰਚੇ ਨੇ, ਇਹਦੀ ਪੜਚੋਲ ਕੀਤੀ ਜਾਂਦੀ ਸਵਾਸਾਂ ਦੀ, ਅਤੇ ਫਿਰ ਦੇਖਿਆ ਜਾਂਦਾ ਕਿ ਜ਼ਿਆਦਾ ਸਵਾਸ ਨੇ ਰਜੋਗੁਣ 'ਤੇ ਖਰਚੇ ਨੇ, ਭੂਮਲੋਕ ਦੇ ਵਿੱਚ ਖਰਚੇ ਨੇ। ਅਤੇ ਪਿਆਰਿਓ ਜਦੋਂ ਇੱਥੇ ਖਰਚੇ ਨੇ, ਫਿਰ ਧਿਆਨ ਦਾ ਖੇਡ ਹੈ। ਜਿੱਦਾਂ ਦੀ ਮਨ ਦੇ ਵਿੱਚ ਇੱਛਾ, ਜਿਹੋ ਜਿਹੀ ਭਾਵਨਾ, ਫਿਰ ਉਹੋ ਜਿਹਾ ਫਲ ਲੱਗਦਾ ਹੈ। ਮਾਰਨ ਨਹੀਂ ਚਾਹੁੰਦੇ ਬੱਚੇ ਨੂੰ ਜੂਨਾਂ ਦੇ ਵਿੱਚ ਭੇਜਿਆ ਜਾਵੇ, ਜੇ ਜੂਨਾਂ ਵਿੱਚ ਜਾਵੇ, 84 ਵਿੱਚ ਜਾਵੇ। ਮਹਾਰਾਜ ਕਹਿੰਦੇ ਕਿ ਆਪਣੇ ਘਰ ਬੱਚਾ ਆ ਜਾਵੇ, ਪਰ ਜੋ ਇਹਨੇ ਆਪਣੇ ਅੰਦਰ ਬੀਜ ਲਿਆ, ਮਾਨ ਜਾਮਾ ਮਿਲਿਆ, ਜੋ ਇਹਨੇ ਆਪਣੇ ਅੰਦਰ ਬੀਜਿਆ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਜੋ ਕਰਮ ਇਹਨੇ ਬੀਜ ਲਏ ਨੇ, ਹੁਣ ਉਹ ਆਪਣੀ ਪੱਟੀ 'ਤੇ ਆਪੇ ਲਿਖ ਲੈਣੇ ਨੇ। ਆਪੇ ਪੱਟੀ ਕਲਮ ਆਪ ਉੱਪਰ ਲਿਖ ਪਈ ਤੂੰ, ਮਰਗਨ ਦੇ ਪੱਟੀ ਤੇਰੇ ਕੋਲ ਹੈ, ਹੁਣ ਤੈਂ ਆਪਣੇ ਕਰਮ ਆਪੇ ਲਿਖਣੇ ਨੇ, ਕਿਸੇ ਹੋਰ ਨੇ ਨਹੀਂ ਲਿਖਣੇ, ਇਹ ਮਨ ਨੇ ਆਪਣੇ ਕਰਮ ਆਪੇ ਲਿਖਣੇ ਨੇ। ਚੰਗੇ ਲਿਖ ਲਵੇ, ਮਾੜੇ ਲਿਖ ਲਵੇ, ਉਹਦੀ ਜਿਹੜੀ ਵਿਚਾਰ ਹੈ ਦਰਗਾਹ ਦੇ ਵਿੱਚ ਹੋਣੀ ਹੋਣੀ ਹੈ। ਚੰਗੇ ਆਈਆਂ ਬੁਰੇ ਆਈਆਂ, ਬਾਚੇ ਧਰਮ ਅਧੂਰੇ।
ਧਰਮਰਾਏ ਦੀ ਕਚਹਿਰੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਇਹਦੀਆਂ ਬਾਚੀਆਂ ਜਾਣੀਆਂ ਨੇ ਕਿੱਥੇ ਕਿੱਥੇ ਸਵਾਸ ਖਰਚੇ। ਜੇ ਭੂਮ ਲੋਕ ਦੇ ਵਿੱਚ ਖਰਚੇ ਨੇ ਆਸ਼ਾ ਬਲਾਸ਼ਾ ਤ੍ਰਿਸ਼ਨਾ ਸੰਸੇ ਫਿਕਰਾਂ ਕਰਦਾ ਰਹਿ ਗਿਆ, ਸਵਾਸ ਖਤਮ ਹੋ ਗਏ, ਤਾਂ ਫਿਰ ਮਹਾਰਾਜ ਕਹਿੰਦੇ ਇਹਨੂੰ ਭੂਮ ਲੋਕ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਜਾਂ ਤਾਂ ਕੋਈ ਉੱਤ ਭਜ ਬਣਾ ਕੇ, ਕੋਈ ਕੀੜਾ ਬਣਾ ਕੇ, ਕੋਈ ਇਸ ਤਰ੍ਹਾਂ ਸੱਪ ਦੀ ਜੂਣ ਜਾਂ ਪਸ਼ੂ ਦੀ ਜੂਣ ਜਾਂ ਪੇੜ ਪੌਦੇ ਬਣਾ ਕੇ ਜਾਂ ਪਹਾੜ ਜੂਣ ਦੇ ਵਿੱਚ ਇਹਨੂੰ ਭੇਜਿਆ ਜਾਂਦਾ ਹੈ। ਅਤੇ ਭੂਮ ਲੋਕ ਦੇ ਵਿੱਚ ਕੀ ਕੀਤਾ ਜਾਂਦਾ ਹੈ? ਇੱਥੇ ਜਿਹੜੇ ਸਵਾਸ ਜ਼ਿਆਦਾ ਖਰਚ ਹੁੰਦੇ ਨੇ ਭੂਮ ਲੋਕ ਦੇ, ਜਿਹੜੇ ਭੂਮੀਆਂ ਭੂਮ ਉੱਪਰ ਨਿੱਤ ਲੂਝੇ ਛੋੜ ਚਲੇ ਤ੍ਰਿਸ਼ਨਾ ਨੇ ਬੁੱਝੇ। ਇੱਥੇ ਪਿਆਰੋ ਫਿਰ ਜ਼ਮੀਨ ਜਾਇਦਾਦ ਖਾਤਰ ਹੀ ਲੜੀ ਜਾਂਦਾ, ਜ਼ਮੀਨ ਵਧਾ ਲਈਏ, ਇੱਕ ਦੇ ਦੋ ਖੇਤ ਹੋ ਜਾਣ, ਦੋ ਦੇ ਚਾਰ ਹੋ ਜਾਣ, ਚਾਰ ਦੇ ਪੰਜ ਹੋ ਜਾਣ, ਇੱਥੇ ਬੈਠਾ ਬਿਜ਼ਨਸ ਵੱਡਾ ਹੋ ਜਾਵੇ, ਕਾਰੋਬਾਰ ਵੱਡਾ ਹੋ ਜਾਵੇ, ਇਹਦੇ ਵਿਚਾਰ ਲਈ ਜਾਂਦਾ। ਜਾਂ ਮਾਇਆ ਵੱਧ ਜਾਵੇ, ਜ਼ਮੀਨ ਜਾਇਦਾਦ ਵੱਧ ਜਾਵੇ, ਇਹਦੇ ਵਿਚਾਰ ਲਈ ਜਾਂਦਾ ਕਿ ਇਹ ਨਹੀਂ, ਨਾਮ ਵੱਧ ਜਾਵੇ, ਸਿਮਰਨ ਵੱਧ ਜਾਵੇ, ਮੇਰੀ ਭਗਤੀ ਵੱਧ ਜਾਵੇ, ਇਹ ਵਿਚਾਰ ਨਹੀਂ ਲੈਂਦਾ। ਇੱਥੇ ਬੈਠਾ ਬੈਠਾ ਕੀ ਕਰਦਾ ਕਿ ਇੱਕ ਦੇ ਦੋ ਖੇਤ, ਦੋ ਦੇ ਤਿੰਨ, ਤਿੰਨ ਦੇ ਚਾਰ, ਚਾਰ ਦੇ ਪੰਜ, ਪੰਜ ਦੇ ਦਸ ਹੋ ਜਾਣ, ਦਸ ਵਾਲਾ ਕਹਿੰਦਾ ਮੇਰੇ 20 ਹੋ ਜਾਣ, 20 ਵਾਲਾ ਕਹਿੰਦਾ 50 ਹੋ ਜਾਣ। ਅਤੇ ਇੱਦਾਂ ਹੀ ਮਾਇਆ ਵਾਲਾ ਕਹਿੰਦਾ ਇੱਕ ਕਿ ਮੇਰੇ ਇਹ ਦੁਕਾਨ ਵਾਲਾ ਕਹਿੰਦਾ ਇੱਕ ਦੀ ਦੋ ਹੋ ਜਾਵੇ, ਦੋ ਦੀ ਚਾਰ, ਉਹ ਕਹਿੰਦਾ ਵੱਡਾ ਮੌਲ ਪੈ ਜਾਵੇ, ਵੱਡੀਆਂ ਫੈਕਟਰੀਆਂ ਲੱਗ ਜਾਣ। ਜਿਹੜਾ ਕਿ ਇਹਨੇ ਸਿਮਰਨ ਦੇ ਵਿੱਚ ਸਵਾਸ ਖਰਚ ਕਰਨੇ ਸੀ, ਸਾਹ ਮਿਲੇ ਸੀ ਰੱਬ ਦੀ ਭਗਤੀ ਵਾਸਤੇ, ਸਿਮਰਨ ਵਾਸਤੇ, ਪਿਆਰੇ ਉੱਧਰ ਨਹੀਂ ਲਾ ਰਿਹਾ, ਇੱਧਰ ਮਾਇਆ ਇਕੱਠੀ ਕਰਨ ਦੇ ਵਿੱਚ ਲਾ ਰਿਹਾ। ਫਿਰ ਜਿਹੋ ਜਿਹੀ ਇਹਨੇ ਬੀਜ ਲਿਆ ਇੱਥੇ ਰਹਿੰਦੇ ਹੋਏ, ਜਿਹੋ ਜਿਹਾ ਮਨ ਦੇ ਵਿਚਾਰਾਂ ਨੇ ਬੀਜ ਲਿਆ ਰਜੋ ਗੁਣ, ਅਤੇ ਕਿੱਥੇ ਇਹਨੂੰ ਦਿੱਤਾ ਕੱਪੜਾ, ਫਿਰ ਇੱਥੇ ਕੋਈ ਪਸ਼ੂ ਬਣਾ ਕੇ ਛੱਡ ਦਿੱਤਾ, ਕੀੜਾ ਮਕੌੜਾ ਬਣਾ ਕੇ ਸੱਪ ਜੂਨ ਦੇ ਵਿੱਚ, ਪੇੜ ਪੌਦੇ ਜੂਨ ਵਿੱਚ, ਜਾਂ ਪਹਾੜ ਲੋਕ ਦੇ ਵਿੱਚ ਛੱਡ ਦਿੱਤਾ। 21 ਲੱਖ ਜੂਨ ਇੱਥੇ ਭੂਮ ਦੇ ਵਿੱਚ ਹੈ। ਫਿਰ ਪਿਆਰਿਓ ਫਿਰ ਜੀਵ ਦੀ ਵਿਚਾਰ ਹੁੰਦੀ ਹੈ, ਜਿਹੜੇ ਸਵਾਸ ਜਿਹੜੇ ਨੇ ਤਮੋ ਗੁਣ 'ਤੇ ਖਰਚ ਹੁੰਦੇ ਨੇ, ਜਿਸ ਜੀਵ ਦੇ ਵਿਚਾਰ ਤਮੋ ਗੁਣੀ ਹੁੰਦੇ ਨੇ, ਉਹਦੇ ਅੰਦਰ ਕੀ ਚੱਲਦਾ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ ਚੁਗਲੀ, ਦੁਬਧਾ, ਈਰਖਾ, ਬੈਰ, ਵਿਰੋਧ। ਜਿਹਦੇ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਿਨ ਰਾਤ ਇਹੀ ਵਿਚਾਰਾਂ ਵਿੱਚ ਪਿਆ ਆ, ਸਿਮਰਨ ਨਹੀਂ ਕਰ ਰਿਹਾ, ਬੰਦਗੀ ਨਹੀਂ, ਜੇ ਉਹਨੂੰ ਕਹਿ ਰਹੇ ਸਿਮਰਨ ਕਰ ਲਾ, ਛੱਡ ਦੇ ਮਾੜੇ ਵਿਚਾਰ ਨੇ, ਕਾਮ ਕ੍ਰੋਧ ਕਾਹਨੂੰ ਲੜਨਾ, ਕਿਉਂ ਲੋਭ ਕਰਨਾ, ਮੋਹ ਹੰਕਾਰ, ਨਿੰਦਿਆ ਚੁਗਲੀ, ਛੱਡ ਦੇ, ਉਹ ਨਹੀਂ ਛੱਡਦਾ, ਉਹ ਰਸ ਪੈ ਚੁੱਕਾ ਹੈ। ਅਤੇ ਪਿਆਰੇ ਜਦੋਂ ਉਹਦੇ ਅੰਦਰ ਦਿਨ ਰਾਤ ਤਮੋ ਗੁਣੀ ਵਿਚਾਰ ਚੱਲਦੇ ਰਹਿੰਦੇ ਨੇ, ਕਈ ਕੋਟ ਪਤਾਲ ਕੇ ਵਾਸੀ, ਕਈ ਜੀਵ ਪਤਾਲ ਦੇ ਵਾਸੀ ਨੇ, ਜਿਹਨੂੰ ਭਗਤ ਨਾਮਦੇਵ ਜੀ ਆਪਣੀ ਬਾਣੀ ਦੇ ਵਿੱਚ ਪਿਆਰਿਓ ਕਹਿ ਰਹੇ ਨੇ, 42 ਲੱਖ ਜੀ ਜਲਮੇ ਹੋਤੇ ਬੀਠਲ ਪਹਿਲਾ ਕਾਏ ਕਰੋ। ਕਹਿੰਦੇ 42 ਲੱਖ ਜੂਨ ਜਿਹੜੀ ਹੈ ਉਹ ਪਾਣੀ ਵਿੱਚ ਹੈ, ਪਤਾਲ ਲੋਕ ਦੇ ਵਿੱਚ ਹੈ, ਜਲ ਦੇ ਵਿੱਚ ਹੈ, ਜਿਹਦੇ ਵਿੱਚ ਆ ਮਗੜਮੱਛ ਵਰਗੇ ਹੋਰ ਪਤਾ ਨਹੀਂ ਅਣਗਿਣਤ ਜਿਹੜੇ ਨੇ, ਇਹ ਤਾਂ ਮੋਟੀਆਂ ਮੋਟੀਆਂ ਜੂਨਾਂ ਵਾਹ ਕੇ ਆਪ ਨੂੰ ਦੱਸੀਆਂ ਗਈਆਂ ਨੇ, ਅਣਗਿਣਤ ਜੀਵ ਪਤਾਲ ਲੋਕ ਦੇ ਵਿੱਚ ਹੈ, ਪਾਣੀ ਦੇ ਵਿੱਚ ਹੈ। ਕੱਛੂ ਹੋ ਗਏ, ਮੱਛੀਆਂ ਹੋ ਗਈਆਂ, ਇਹਨਾਂ ਦਾ ਵਾਧਾ ਬਹੁਤ ਹੈ। ਫਿਰ ਪਤਾਲ ਲੋਕ ਦੇ ਵਿੱਚ ਪਾਣੀ ਦਾ ਜਲ ਬਣਾ ਕੇ ਛੱਡ ਦਿੱਤਾ ਜਾਂਦਾ ਹੈ। ਜਿਹੜੇ ਕਰਮਾਂ ਦੀ ਵਿਚਾਰ, ਇੱਥੇ ਕਰਮਾਂ ਦੀ ਵਿਚਾਰ ਹੁੰਦੀ ਹੈ ਸੱਚੇ ਦਰਬਾਰ ਦੇ ਵਿੱਚ, ਮਨ ਜਮਾ ਮਿਲਦਾ ਹੈ ਪਰ ਭਗਤੀ ਨਹੀਂ ਕਰਦਾ, ਸਿਮਰ ਨਹੀਂ ਕਰਦਾ, ਅਤੇ ਸਾਰੇ ਵਿਚਾਰ ਜਿਹੜੇ ਹੈ ਤਮੋ ਗੁਣ ਖਿਆਲਾਂ ਵਾਲੇ ਇਹਦੇ ਹੁੰਦੇ ਨੇ, ਖਿਆਲ ਜਿਹੜੇ ਫੁਰਨੇ ਵਿਚਾਰ ਇਹਦੇ, ਸਿਮਰ ਨਹੀਂ ਕਰਦਾ, ਬੰਦਗੀ ਨਹੀਂ ਕਰਦਾ, ਜੇ ਉਹ ਕਹਿੰਦਾ ਆ ਨਹੀਂ ਕਰਦਾ। ਇੱਥੇ ਫਿਰ ਜੂਨਾਂ ਬਦਲੀ ਜਾਂਦਾ ਹੈ, 42 ਲੱਖ ਜੂਨ ਜਿਹੜੀਆਂ, ਵਾਰ ਵਾਰ ਜਨਮ ਲੈਂਦਾ ਹੈ, ਵਾਰ ਵਾਰ ਮਰ ਜਾਂਦਾ, ਫਿਰ ਜਨਮ ਲੈਂਦਾ, ਫਿਰ ਮਰ ਜਾਂਦਾ। ਅਤੇ ਪਿਆਰਿਓ ਫਿਰ ਕੀ ਹੁੰਦਾ ਹੈ? ਫਿਰ ਕੋਈ ਨਾ ਕੋਈ ਪਾਣੀ ਦਾ ਜੀਵ ਬਣਾ ਕੇ ਛੱਡ ਦਿੱਤਾ ਜਾਂਦਾ ਹੈ। ਅਤੇ ਇਹਨਾਂ ਦਾ ਖਾਣਾ ਕੀ ਆ? ਜੀਆਂ ਕਾ ਆਹਾਰ ਜੀ, ਖਾਣਾ ਇਹੋ ਕਰੇ, ਵੱਡਾ ਜਿਹੜਾ ਆ ਉਹ ਛੋਟੇ ਨੂੰ ਖਾਂਦਾ ਹੈ, ਫਿਰ ਇਹ ਵੱਡਾ ਇਹ ਹੋਰ ਕਿਸੇ ਨੂੰ ਖਾਂਦਾ ਹੈ, ਧਿਆਨ ਦੁਆਰਾ ਅੰਦਰੇ ਕਾਇਆ ਪਲਟੀ ਹੋਈ ਜਾਂਦੀ ਹੈ, ਕਿ ਧਿਆਨ ਦੀ ਖੇਡ ਜ, ਕਿਉਂਕਿ ਬੜਾ ਜਦੋਂ ਖਾਂਦਾ ਹੈ ਭੈ ਦੇ ਨਾਲ ਮਨ ਜਿਹੜਾ ਇਹਦਾ ਆਕਾਰ ਉਹਦੇ ਮਨ ਵਿੱਚ ਵੱਸ ਜਾਂਦਾ ਹੈ, ਜਿਹੜਾ ਜੀਵ ਜਿਹਨੂੰ ਖਾਂਦਾ ਹੈ, ਕੋਈ ਤਕੜੇ ਦਾ ਜ਼ੋਰ ਚੱਲਦਾ ਹੈ ਅਤੇ ਮਾੜੇ ਦੇ ਅੰਦਰ ਫਿਰ ਉਹਦਾ ਭੈ ਬਣ ਜਾਂਦਾ ਹੈ, ਤਸਵੀਰ ਬਣ ਜਾਂਦੀ ਹੈ, ਆਕਾਰ ਵੱਸ ਜਾਂਦਾ ਹੈ। ਜੋਤ ਉਹੀ ਰਹਿੰਦੀ ਹੈ ਜੋ ਮਨ ਦੀ ਹੁੰਦੀ ਹੈ, ਜੋਤ ਊਹਾਂ ਜੁਗਤ ਸਹਾਇਕ ਸਹਿਕਾਇਆ ਫਿਰ ਪਲਟੀਏ, ਧਿਆਨ ਦੁਆਰਾ ਜਿਹੜਾ ਆਕਾਰ ਹੈ ਉਹ ਮਨ ਵਿੱਚ ਪਿਆਰੇ ਉਹ ਵੱਸ ਜਾਂਦਾ ਹੈ,
ਅਤੇ ਫਿਰ ਉੱਥੇ ਹੀ ਵਾਰ ਵਾਰ ਜਨਮ ਲੈਂਦਾ ਹੈ। ਫਿਰ ਕਿਸੇ 42 ਲੱਖ ਜੂਨ ਹੈ, ਪਤਾ ਨਹੀਂ ਕਿਹੜੀ ਕਿਹੜੀ ਜੂਨ ਦੇ ਵਿੱਚ ਫਿਰ ਹੋ ਹੀ ਜਾਂਦਾ ਹੈ, ਅੰਦਰੋਂ ਅੰਦਰੀ ਪਤਾ ਨਹੀਂ ਕਦੋਂ ਫਿਰ ਮੌਕਾ, ਉਹ ਵੀ ਅਕਾਲ ਪੁਰਖ ਵਾਹਿਗੁਰੂ ਇਹ ਤਰਸ ਕਰ ਲੈਣ। ਫਿਰ ਜੇ ਤਾਂ ਤਰਸ ਕਰਦੇ ਨੇ ਫਿਰ ਇੱਥੋਂ ਕੱਢਦੇ ਨੇ ਉਹਨੂੰ, ਜਿਹੜੇ ਪ੍ਰਚੂਨ ਦਾ ਸਹਿਜ ਵਿੱਚ ਸਵਾਸ ਜਮ੍ਹਾਂ ਹੁੰਦੇ ਨੇ। ਇਹਦੇ ਵਿੱਚ ਪਿਆਰਿਓ 42 ਲੱਖ ਜੂਨ ਹੈ ਭਗਤ ਨਾਮਦੇਵ ਜੀ ਦੀ ਬਾਣੀ ਅਨੁਸਾਰ। ਬਤਾਲੀ ਲੱਖ ਜੂਨ ਜਿਹੜੀ ਹੈ ਉਹ ਫਿਰ ਹਰੇਕ ਜੂਨ ਦੇ ਵਿੱਚ ਇਹਨੂੰ ਘੁੰਮਣਾ ਪੈਣਾ, ਧਿਆਨ ਦੁਆਰਾ ਕਾਇਆ ਪਲਟੀ ਜਾਂਦੀ ਹੈ। ਧਿਆਨ ਦੁਆਰਾ ਜਿਹੜਾ ਜੀਵ ਜਿਹਨੂੰ ਖਾਂਦਾ ਹੈ ਉਹਦਾ ਧਿਆਨ ਉਹਦੇ ਮਨ ਵਿੱਚ ਵੱਸਦਾ ਹੈ, ਫਿਰ ਉਹਨੂੰ ਅੱਗੇ ਆਕਾਰ ਦਿੱਤਾ ਜਾਂਦਾ ਹੈ, ਫਿਰ ਅੱਗੇ ਅਤੇ ਅੱਗੇ ਅੱਗੇ ਅਤੇ ਅੱਗੇ ਆਕਾਰ ਬਦਲੀ ਹੋਈ ਹੈ, ਫਿਰ ਕਿਤੇ ਕਈ ਯੁੱਗਾਂ ਦੇ ਬਾਅਦ ਫਿਰ ਮਰ ਜਾਮਾ ਮਿਲਦਾ ਹੈ। ਪਰ ਜੇ ਫਿਰ ਜੀਵ ਇਹਦੇ ਵਿੱਚ ਆ ਕੇ ਲਾਹਾ ਨਾ ਖੱਟੇ, ਆਖਰੀ ਪੌਡਾ ਹੈ, ਆਖਰੀ ਕੱਪੜਾ ਹੈ, ਆਖਰੀ ਜੂਨ ਹੈ, ਫਿਰ ਤਾਂ ਰੱਬ ਹੀ ਰਾਖਾ ਹੈ ਸਾਡਾ। ਪਿਆਰਿਓ ਮਾਰ ਤਾਂ ਤਰਸ ਕਰਦੇ ਨੇ, ਬੱਚਾ ਘਰ ਬਹਿ ਜਾਵੇ, ਸੱਚਖੰਡ ਦੇ ਵਿੱਚ ਆ ਜਾਵੇ, ਮਾਤਾ ਪਿਤਾ ਦਾ ਪਿਆਰ ਲੈ ਲਵੇ, ਉਹਦੀ ਗੋਦੀ ਵਿੱਚ ਬੈਠੇ, ਪਰ ਮਨ ਇੰਨਾ ਆਕੀ ਹੋ ਚੁੱਕਾ ਹੈ, ਇੰਨਾ ਗਾਫਲ ਹੋ ਚੁੱਕਾ ਹੈ, ਮਾਤਾ ਪਿਤਾ ਦਾ ਕਹਿਣਾ ਹੀ ਨਹੀਂ ਮੰਨਦਾ, ਹੁਕਮ ਹੀ ਨਹੀਂ ਮੰਨਦਾ। ਜਿਹਨੂੰ ਮਹਾਰਾਜ ਕਹਿੰਦੇ ਅਬ ਮਨ ਜਾਗਤ ਰਹੇ ਹੋ ਰੇ ਭਾਈ, ਗਾਫਲ ਹੋਏ ਕਿ ਜਨਮ ਗਵਾਇਓ, ਚੋਰ ਮੂਸੀ ਘਰ ਜਾਈ ਕਿ ਤੂੰ ਚੋਰਾਂ ਦਾ ਸੰਗੀ ਬਣ ਚੁੱਕਾ, ਮਾਇਆ ਦਾ ਸੰਗੀ ਬਣ ਚੁੱਕਾ, ਇਹਦਾ ਖਹਿੜਾ ਛੱਡ ਦੇ, ਇਹਨਾਂ ਪੰਜਾਂ ਨੂੰ ਛੱਡ ਦੇ, ਮਾਇਆ ਨੂੰ ਛੱਡ ਦੇ, ਸਿਮਰਨ ਕਰਿਆ ਕਰ, ਭਗਤੀ ਕਰਿਆ ਕਰ, ਤੂੰ ਮੇਰੀ ਗੋਦ ਵਿੱਚ ਬੈਠ ਜਾਏਗਾ, ਮੇਰਾ ਪਿਆਰ ਲੈ ਲਏਗਾ, ਆਪਣੇ ਘਰ ਵਿੱਚ ਬਹਿ ਜਾਏਗਾ, ਸੁੱਖੇ ਸੁੱਖ ਹੈ ਉੱਥੇ, ਦੁੱਖ ਹੈ ਹੀ ਕੋਈ ਨਹੀਂ, ਬੇਗਮਪੁਰਾ ਸ਼ਹਿਰ ਕੋ ਨਾ ਆਉਂ, ਦੁੱਖ ਅੰਦੋਹ ਨਹੀਂ ਤੈਠਾਂ। ਪਰ ਪਿਤਾ ਦਾ ਆਵਾਜ਼ ਨੂੰ ਨਹੀਂ ਸੁਣਦਾ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹਰੋਲ ਕਚੋੜਾ। ਪਰ ਮਾਇਆ ਦਾ ਧਾਰੀ ਹੋਣ ਕਰਕੇ ਇਸ ਮਨ ਨੂੰ ਫਿਰ ਆ ਮਾਇਆ ਚਿੰਬੜੀ ਹੋਣ ਕਰਕੇ ਇਹਨੂੰ ਕਿੱਥੇ ਸੁਣਦਾ ਫਿਰ ਮਾਤਾ ਪਿਤਾ ਦੀ ਆਵਾਜ਼। ਜੇ ਕਿਤੇ ਮਾਤਾ ਪਿਤਾ ਦੀ ਆਵਾਜ਼ ਨੂੰ ਸੁਣ ਲਵੇ ਇਹਦਾ ਉਧਾਰ ਹੋ ਜਾਵੇ, ਇਹਦਾ ਭਲਾ ਹੋ ਜਾਵੇ। ਭਲਾ ਕਾਹਦੇ ਵਿੱਚ ਹੈ, ਨਾਮ ਵਿੱਚ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੰਧ ਦਾ ਭਲਾ। ਅਤੇ ਪਿਆਰੇ ਫਿਰ ਇਸੇ ਤਰ੍ਹਾਂ ਕਰਮਾਂ ਦੀ ਵਿਚਾਰ ਫਿਰ ਹੁੰਦੀ ਹੈ ਜੀਵ ਦੀ, ਕਿੱਥੇ ਹੁੰਦੀ, ਜੇ ਪਤਾਲ ਲੋਕ ਦੇ ਵਿੱਚ ਹੀ ਇੱਥੇ ਤਮੋ ਗੁਣ ਦੇ ਵਿੱਚ ਹੀ ਬੰਦੇ ਕਾਮ ਕ੍ਰੋਧ ਲੋਭ ਹੰਕਾਰ ਦੀਆਂ ਲਹਿਰਾਂ ਚੱਲ ਰਹੀਆਂ ਨੇ, ਇਹੀ ਫੁਰਨੇ ਆ, ਇਹੀ ਵਿਚਾਰ ਨੇ ਉਹਦੇ ਅੰਦਰ, ਇੱਥੇ ਸਵਾਸ ਉਹਦੇ ਖਰਚ ਹੋ ਗਏ, ਇੱਥੇ ਦਰਗਾਹ ਦੇ ਵਿੱਚ ਉਹਦੀ ਵਿਚਾਰ ਹੋਏਗੀ, ਇੱਥੇ ਫਿਰ ਵਿਚਾਰ ਹੁੰਦੀ ਹੈ ਉਸ ਜੀਵ ਦੀ ਕਿ ਇਹਨੇ ਕੀ ਬੀਜਿਆ ਆਪਣੇ ਅੰਦਰ, ਇਸ ਸਰੀਰ ਰੂਪੀ ਖੇਤ ਵਿੱਚ ਰਹਿ ਕੇ ਸਾਰੀ ਉਮਰ ਕੀ ਬੀਜਿਆ ਹੈ, ਅਤੇ ਜੋ ਬੀਜਿਆ ਉਹਦੀ ਵਿਚਾਰ ਹੁੰਦੀ ਹੈ, ਜਦੋਂ ਲਿਖਾ ਪੜ੍ਹੀ ਹੁੰਦੀ ਹੈ ਅਤੇ ਸਾਰੇ ਆਹ ਵਿਚਾਰ ਨਿਕਲਦੇ ਅੰਦਰ, ਜਦੋਂ ਫੋਲਿਆ ਜਾਂਦਾ ਫਿਰ ਆਹ ਨਿਕਲਦਾ ਹੈ, ਫਿਰ ਸਵਾਸਾਂ 'ਤੇ ਜੋ ਲਿਖਿਆ ਸਵਾਸਾਂ 'ਤੇ ਆਹੀ ਲਿਖਿਆ ਹੁੰਦਾ, ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਸਵਾਸਾਂ 'ਤੇ ਲਿਖਿਆ ਹੁੰਦਾ ਇਹਨੇ, ਫਿਰ ਜੋ ਲਿਖਿਆ ਹੁੰਦਾ ਅਤੇ ਉੱਧਰ ਫਿਰ ਭੇਜ ਦਿੰਦੇ, ਕਿੱਥੇ ਪਤਾਲ ਲੋਕ ਦੇ ਵਿੱਚ ਭੇਜ ਦਿੰਦੇ ਸਵਾਸਾਂ ਦੀ ਜਦੋਂ ਵਿਚਾਰ ਕਰਕੇ, ਕਿੱਥੇ ਸਵਾਸ ਜ਼ਿਆਦਾ ਖਰਚੇ ਉਸ ਜੀਵ ਨੇ, ਪਤਾਲ ਲੋਕ ਦੇ ਵਿੱਚ ਤਮੋ ਗੁਣ ਹੱਟ 'ਤੇ, ਫਿਰ ਇੱਥੇ ਉਹਨੂੰ ਆਉਣਾ ਪੈਂਦਾ ਹੈ 84 ਦੇ ਚੱਕਰ ਦੇ ਵਿੱਚ, ਫਿਰ ਪਤਾਲ ਲੋਕ ਦੇ ਕੋਈ ਜੀਵ ਬਣਾ ਕੇ ਛੱਡ ਦਿੰਦੇ ਨੇ। ਦੇਖੋ ਕੀ ਹੁੰਦਾ, ਕਿੱਡਾ ਬੜਾ ਚੱਕਰ ਚੱਲਦਾ ਹੈ 84 ਦਾ, ਅਸੀਂ ਅਜਾਈ ਹਲਕੇ ਹੀ ਲਈ ਜਾਂਦੇ ਹਾਂ ਕਿ ਕੁਛ ਨਹੀਂ ਹੁੰਦਾ, ਨਹੀਂ ਪਿਆਰਿਓ। ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੋ ਆਪਾਂ ਨੂੰ ਗਿਆਨ ਦੇ ਰਹੇ ਨੇ ਨਾ, ਉਹਨੂੰ ਕਮਾਈਏ, ਉਹਨੂੰ ਸਹਿਬ 'ਚ ਜਾ ਕੇ ਵਿਚਾਰੀਏ, ਉਹਨੂੰ ਜਿੰਨਾ ਚਿਰ ਵਿਚਾਰਦੇ ਨਹੀਂ, ਇਹ ਨਾ ਹੋਵੇ ਪੜ ਪੜ ਗੱਡੇ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੜੀਏ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਲਿਬਾਸ, ਨਾਨਕ ਲਿਖੇ ਇੱਕ ਗੱਲ ਹੋਰ, ਹੋਮੇ ਝੱਖਣਾ ਝਾਕ, ਅਤੇ ਹੋਮੇ ਦੇ ਵਿੱਚ ਨਾ ਪੜ੍ਹੀ ਜਾਈਏ, ਗੱਡੇ ਗੱਡੇ ਨਾ ਲੱਦੇ ਜਾਈਏ, ਸਿਮਰਨ ਕਰੀਏ, ਅਭਿਆਸ ਕਰੀਏ ਗੁਰਬਾਣੀ ਦੀ, ਵਿਚਾਰ ਸਤਿਗੁਰੂ ਜੀ ਸਾਨੂੰ ਕੀ ਕਹਿ ਰਹੇ ਨੇ, ਉਹਨੂੰ ਸਰਵਣਾਂ ਦੁਆਰਾ ਸੁਣੀਏ, ਹਿਰਦੇ 'ਚ ਵਸਾਈਏ, ਉਹਨਾਂ ਬੱਚਨਾਂ ਨੂੰ ਸਾਡਾ ਕਲਿਆਣ ਹੋ ਜਾਵੇ, ਉਧਾਰ ਹੋ ਜਾਵੇ। ਇੱਥੇ ਪਿਆਰਿਓ ਜਦੋਂ ਸੱਚਖੰਡ ਦੇ ਵਿੱਚ ਦਰਗਾਹ ਦੇ ਵਿੱਚ ਮਹਾਰਾਜ ਫਿਰ ਲਿਖਾ ਪੜ੍ਹੀ ਕਰਦੇ ਨਾ, ਇੱਥੇ ਬੜਾ ਬਰੀਕੀ ਦੇ ਵਿੱਚ ਹਿਸਾਬ ਕਿਤਾਬ ਹੁੰਦਾ, ਜਿਹਨੂੰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਨੇ, ਬਾਰੰਗ ਬਾਰ ਮਾਇਆ ਪੇ ਅਟਕੇ ਲੈ ਨਰਜਾ ਮਨ ਤੋਲੇ ਦੇਵ। ਫਿਰ ਬੜਾ ਬਰੀਕੀ ਦੇ ਵਿੱਚ ਹਿਸਾਬ ਕਿਤਾਬ ਹੁੰਦਾ, ਬਾਰ ਬਾਰ ਮਨ ਮਾਇਆ 'ਤੇ ਜਾ ਕੇ ਅਟਕ ਜਾਂਦਾ ਹੈ ਫੁਰਨਿਆਂ 'ਤੇ, ਲੈ ਨਰਜਾ ਮਨ ਤੋਲੇ ਦੇਵ, ਫਿਰ ਉਹ ਤੋਲਿਆ ਜਾਂਦਾ, ਘੜੀ ਮੋਹਤ ਕਾ ਲੇਖਿਆ ਲੇਵੈ ਰੱਤੀ ਉਹ ਮਾਸਾ ਤੋਲ ਕਢਾ ਬਣਿਆ, ਰੱਤੀ ਰੱਤੀ ਮਾਸਾ ਮਾਸਾ ਜਾਣ ਇਹ ਸਵਾਸਾਂ ਦਾ ਲੇਖਾ ਜੋਖਾ ਸਾਹਾਂ ਦਾ ਹੋਣਾ। ਤਾਂ ਮਹਾਰਾਜ ਕਹਿੰਦੇ ਭਾਈ ਬੰਦਿਆ ਸਾਹਾਂ ਨੂੰ ਸਾਂਭ ਲਾ,
ਅਤੇ ਕੀ ਕਰ, ਦਮ ਦਮ ਸਦਾ ਸੰਭਾਲਦਾ, ਦਮ ਨਾ ਮਿਰਥਾ ਜਾਏ, ਬੰਦਗੀ ਕਰ, ਬੰਦੇ ਬੰਦਗੀ ਏਕ ਤਿਆਰ, ਬੰਦਗੀ ਵਾਲਾ ਰਸਤਾ ਇੱਕ ਤਿਆਰ ਕਰ ਆਪਣਾ, ਤੇਰਾ ਭਲਾ ਹੋ ਜਾਵੇ। ਪਰ ਭੁੱਲਿਆ ਰਹਿੰਦਾ ਹੈ, ਫਿਰ 84 ਦਾ ਚੱਕਰ ਭੋਗਣਾ ਪੈਂਦਾ, ਕਦੀ ਭੂਮ ਲੋਕ, ਕਦੀ ਪਤਾਲ ਲੋਕ, ਕਦੀ ਆਕਾਸ਼ ਲੋਕ। ਹੁਣ ਜਦੋਂ ਜੀਵ ਪਿਆਰਿਓ ਇੱਥੇ ਮਾਰ ਜੰਮਾ ਲੈਂਦਾ ਅਤੇ ਉਹਦੇ ਅੰਦਰ ਜਤ ਸਤ ਸੰਤੋਖ ਦਇਆ ਵਰਗੇ ਵਿਚਾਰ ਚੱਲਦੇ ਨੇ, ਪਰ ਪਰਮਾਤਮਾ ਨੂੰ ਨਹੀਂ ਮਿਲਿਆ। ਧਰਮ ਵਾਲੇ ਵਿਚਾਰ ਤਾਂ ਚੱਲਦੇ ਨੇ, ਗੁਣ ਤਾਂ ਚੱਲਦੇ ਨੇ ਧਰਮ ਵਾਲੇ, ਉਹਦੇ ਅੰਦਰ ਰਹਿ ਕੇ ਜਤ ਵੀ ਚੱਲਦਾ, ਸਤ ਵੀ, ਸੰਤੋਖ, ਨਿਮਰਤਾ, ਦਇਆ, ਸਹਿਣਸ਼ੀਲਤਾ ਚੱਲਦੇ ਨੇ ਰੱਬੀ ਗੁਣ, ਪਰ ਨਾਮ ਦੀ ਪ੍ਰਾਪਤੀ ਨਹੀਂ ਹੋਈ। ਨਾਮ 'ਚ ਮਨ ਸਮਾਇਆ ਨਹੀਂ, ਸੰਤਾਂ ਭਗਤਾਂ ਦੀ ਸੰਗਤ ਨਹੀਂ ਕੀਤੀ, ਨਾਮ ਨੂੰ ਬੁੱਝਿਆ ਨਹੀਂ। ਜਿਨ ਗੁਰਮੁਖ ਨਾਮ ਨਾ ਬੁੱਝਿਆ, ਮਰ ਜਨਮੇ ਆਵੇ ਜਾਏ। ਜੇ ਗੁਰਮੁਖ ਸੀਗਾ, ਜਸ ਸੰਤੋਖ ਸੀਗੇ, ਬਾਣੀ ਵੀ ਪੜ੍ਹਦਾ ਰਿਹਾ ਹੈ, ਸਤਸੰਗਤ ਵੀ ਕਰਦਾ ਰਿਹਾ ਹੈ, ਪਰ ਨਾਮ ਨੂੰ ਨਹੀਂ ਬੁੱਝਿਆ, ਸੇਵਾ ਵੀ ਕਰਦਾ ਰਿਹਾ, ਪੁੰਨ ਦਾਨ ਵੀ ਕਰਦਾ ਰਿਹਾ, ਪਰ ਨਾਮ ਨੂੰ ਨਹੀਂ ਬੁੱਝਿਆ, ਧਰਮੀ ਕਰਮ ਵੀ ਕਰਦਾ ਰਿਹਾ, ਨਾਮ ਨੂੰ ਨਹੀਂ ਜਾਣਿਆ, ਆਪਣੇ ਮਾਤਾ ਪਿਤਾ ਦੀ ਪਹਿਚਾਣ ਨਹੀਂ ਕੀਤੀ, ਮਾਤਾ ਪਿਤਾ ਨਾਲ ਮਿਲਾਪ ਨਹੀਂ ਕੀਤਾ, ਜਿਸ ਵਾਸਤੇ ਇਹ ਸਰੀਰ ਮਿਲਿਆ ਸੀ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭੱਜ ਕੇਵਲ ਨਾਮ। ਪਿਆਰਿਓ, ਨਾਮ ਜਪਣਾ ਸੀ, ਨਹੀਂ ਜਪਿਆ, ਰੱਬੀ ਗੁਣ ਜ਼ਰੂਰ ਸਨ, ਪਰ ਇਹੀ ਰਸਤਾ ਸੀਗਾ ਮਾਲਕ ਨੂੰ ਮਿਲਣ ਦਾ। ਇੱਥੋਂ ਅੱਗੇ ਆਹ ਜਿਹੜੀ ਪੌੜੀ, ਸੰਤ ਕਾ ਮਾਰਗ, ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ, ਇੱਥੋਂ ਇਹਦੇ ਅੱਗੇ ਨਾਮ ਦੀ ਪ੍ਰਾਪਤੀ ਕਰਨੀ ਸੀ, ਇਹ ਗੁਣ ਰੱਬੀ ਇਹਦੇ ਵਿੱਚ ਹੋਣੇ ਚਾਹੀਦੇ ਸਨ, ਪਰ ਨਹੀਂ, ਇੱਥੇ ਦੇਹ ਛੱਡ ਗਿਆ, ਇੱਥੇ ਸਵਾਸ ਇਸੇ ਹੱਟ 'ਤੇ ਖਤਮ ਹੋ ਗਏ, ਪੂਰੇ ਹੋ ਗਏ ਨੇ, ਸਵਾਸਾਂ ਦੀ ਪੂੰਜੀ ਦਿੱਤਾ, ਧਨ ਖਤਮ ਹੋ ਗਿਆ ਇਸੇ ਹੱਟ 'ਤੇ ਵਿਚਰਦਿਆਂ ਨੂੰ, ਅਤੇ ਫਿਰ ਕੀ ਹੋਇਆ, ਇੱਥੇ ਉਹਦੇ ਕਰਮਾਂ ਦੀ ਵਿਚਾਰ ਹੋਈ। ਜਦੋਂ ਕਰਮਾਂ ਦੀ ਵਿਚਾਰ ਹੋਈ ਅਤੇ ਜੋ ਬੀਜਿਆ, ਕੀ ਬੀਜਿਆ ਸੀ, ਜਤ ਸਤ ਸੰਤੋਖ ਨਿਮਰਤਾ ਰੱਬੀ ਗੁਣ ਬੀਜੇ ਸਨ, ਪਰ ਨਾਮ ਦੀ ਪ੍ਰਾਪਤੀ ਨਹੀਂ ਹੋਈ, ਸੱਚ ਦੇ ਨਾਲ ਨਹੀਂ ਮਿਲਿਆ। ਫਿਰ ਉਹਨੂੰ ਕਿੱਥੇ ਕਰਮਾਂ ਦੀ ਵਿਚਾਰ, ਸਾਹਾਂ ਦਾ ਜਦੋਂ ਲੇਖਾ ਸਾਹਿਬ ਹੋਇਆ ਅਤੇ ਸਤੋ ਗੁਣ 'ਤੇ ਇੱਥੇ ਖਰਚ ਹੋਏ ਸਨ, ਸਾਹ ਅਤੇ ਜਤ ਸਤ ਸੰਤੋਖ 'ਤੇ ਖਰਚ ਕੀਤੇ ਹੋਏ ਸਨ। ਅਤੇ ਪਿਆਰਿਓ, ਫਿਰ ਕਿੱਥੇ ਭੇਜਿਆ ਗਿਆ, ਸਾਹਾਂ ਦੀ ਪੜਚੋਲ ਕਰਕੇ, ਕਿ ਇਹਨੇ ਜ਼ਿਆਦਾ ਸਵਾਸ ਸਤੋ ਗੁਣ 'ਤੇ ਖਰਚੇ ਨੇ। ਆਹ ਜਿਹੜੇ ਪਰਿੰਦੇ ਨੇ, ਉੱਡਣ ਵਾਲੇ ਪੰਛੀ, ਜਿਹੜੇ ਪੰਛੀ ਉੱਡਣ ਵਾਲੇ ਨੇ ਨਾ, ਇਹ ਆਕਾਸ਼ ਲੋਕ ਦੇ ਨੇ, ਇਹ ਆਕਾਸ਼ ਲੋਕ ਦੇ ਨੇ। 21 ਲੱਖ ਜੂਨ ਜਿਹੜੀ ਹੈ, ਇੱਕੀ ਲੱਖ ਹੀ ਭੂਮ ਲੋਕ ਦੇ ਵਿੱਚ, 21 ਲੱਖ ਜੂਨ ਆਕਾਸ਼ ਲੋਕ ਦੇ ਵਿੱਚ ਹੈ। ਫਿਰ ਇੱਥੇ ਜਦੋਂ ਕਰਮਾਂ ਦੀ ਬਜਾਰੇ ਵਿਚਾਰ ਹੁੰਦੀ ਹੈ, ਤਾਂ ਇਹਨੂੰ ਕੋਈ ਨਾ ਕੋਈ ਚੰਗਾ ਪੰਛੀ ਬਣਾ ਕੇ, ਆਕਾਸ਼ ਲੋਕ ਦੇ ਪਰਿੰਦੇ ਆਕਾਸ਼ ਵਿੱਚ ਉੱਡਦੇ ਨੇ, ਥੋੜ੍ਹੀ ਜਿਹੀ ਚੰਗੀ ਜੂਨ ਦੇ ਵਿੱਚ ਭੇਜ ਦਿੰਦੇ ਨੇ, ਕੋਈ ਪੰਛੀ ਬਣਾ ਕੇ ਛੱਡ ਦਿੰਦੇ ਨੇ। ਭੋਜਨ ਜਿਹੜਾ ਇਹਦਾ ਹੈ, ਭੂਮ ਲੋਕ 'ਤੇ ਹੈ। ਪੰਛੀ ਜਦੋਂ ਆਪਣਾ ਚੋਗਾ, ਖੁਰਾਕ ਚੁੱਕਦਾ ਹੈ, ਇਹਨੂੰ ਭੂਮ ਲੋਕ ਦੇ ਵਿੱਚ ਆਉਣਾ ਪੈਂਦਾ ਹੈ, ਦਾਣਾ ਜਦੋਂ ਚੁੱਕਦਾ ਹੈ, ਕੋਈ ਖੁਰਾਕ ਲੈਂਦਾ ਹੈ। ਇਸ ਤਰ੍ਹਾਂ ਪਿਆਰਿਓ, ਇਹ ਚੱਕਰ ਇੱਦਾਂ ਚੱਲੀ ਜਾਂਦਾ ਹੈ। ਇੱਧਰ ਆਕਾਸ਼ ਲੋਕ ਵਾਲਾ ਭੂਮ ਲੋਕ ਦੇ ਵਿੱਚ ਆ ਜਾਂਦਾ ਹੈ, ਇੱਧਰ ਧਿਆਨ, ਕਿਉਂਕਿ ਪੰਛੀਆਂ ਦਾ ਧਿਆਨ ਕਿੱਥੇ ਖੁਰਾਕ ਦਾ ਹੁੰਦਾ ਹੈ, ਇੱਥੇ ਉਤਪਜ ਵਿੱਚ। ਕਾਇਆ ਧਿਆਨ ਦੌਰ, ਕਾਇਆ ਪਲਟੀ ਹੋਈ ਜਾਂਦੀ ਹੈ, ਬਾਹਰ ਨਹੀਂ ਜਾ ਰਿਹਾ, ਇੱਥੋਂ ਧਿਆਨ ਨਿਕਲਿਆ, ਭੂਮ ਲੋਕ ਦੇ ਵਿੱਚ ਆ ਗਿਆ, ਭੂਮ ਲੋਕ ਦੇ ਵਿੱਚ ਧਿਆਨ ਨਿਕਲਿਆ, ਇੱਧਰ ਪਤਾਲ ਲੋਕ ਦੇ ਵਿੱਚ ਆ ਗਿਆ। ਇਸ ਤਰ੍ਹਾਂ ਚੱਕਰ ਚੱਲੀ ਜਾ ਰਿਹਾ ਹੈ 84 ਦਾ। ਵਾਰ ਵਾਰ ਮਨ ਨੂੰ ਦੁੱਖ ਲੱਗਾ ਹੋਇਆ ਹੈ, ਜਨਮ ਮਰਨ ਦਾ ਦੁੱਖ, ਵਿਛੋੜਾ, ਵਿਛੋੜੇ ਦਾ ਦੁੱਖ ਹੈ। ਅਤੇ ਪਿਆਰਿਓ, ਜਨਮ ਮਰਨ ਦਾ ਜਿਹੜਾ ਦੁੱਖ ਸਭ ਤੋਂ ਵੱਡਾ ਇਹਨੂੰ ਲੱਗਾ ਹੋਇਆ, ਮਾਲਕ ਨੂੰ ਵਿਛੋੜਾ ਪੈ ਗਿਆ, ਜਨਮ ਮਰਨ ਦਾ ਦੁੱਖ ਲੱਗ ਗਿਆ, ਅਤੇ ਕਿੱਡਾ ਲੰਬਾ ਚੱਕਰ ਇਹ ਚੱਲ ਰਿਹਾ ਹੈ ਸਾਡੇ ਮਨ 'ਤੇ। ਵਾਰ ਵਾਰ ਜਨਮ ਲੈ ਰਿਹਾ, ਵਾਰ ਵਾਰ ਮਰ ਰਿਹਾ, ਫਿਰ ਜਨਮ ਇੱਥੇ ਹੀ, ਇੱਥੇ ਜੂਨਾਂ ਦੇ ਵਿੱਚ ਖੱਪੀ ਜਾ ਰਿਹਾ, ਜੂਨਾਂ ਵਿੱਚ ਖੱਪੀ ਜਾ ਰਿਹਾ ਹੈ। ਅਤੇ ਇਹ ਨਹੀਂ ਕਹਿੰਦਾ ਕਿ ਮੈਨੂੰ ਮਾਨਸ ਜਾਮਾ ਹੁਣ ਮਿਲ ਗਿਆ, ਮੈਂ ਭਗਤੀ ਕਰ ਲਵਾਂ, ਸਿਮਰਨ ਕਰ ਲਵਾਂ, ਸਤਸੰਗਤ ਕਰ ਲਵਾਂ, ਗੁਰੂ ਵਾਲਾ ਬਣ ਜਾਵਾਂ, ਗੁਰੂ ਵਾਲਾ ਬਣ ਕੇ
नाम की प्राप्ति करके अपने घर चले जावां, सच में समा जावां, सदा वास्ते लीन हो जावां। नानक लीन पयो गोबिंद सिंह ज्यों पानी संग पानी। महाराज गुरबाणी में समझाउंदे कि इस तरह साडा मन तिन्नां लोकां दे विच विचरदा रहिंदा है, घुमदा रहिंदा है, धरती पाताली आकाशी इक दर रहन वजीर। जिहड़े वजीर ने नाम की प्राप्ति कर लैंदे ने मालक दे घर दे वजीर बन जांदे ने, वो मालक दे चरणां दे विच इत्थे आसन ला लैंदे ने। नहीं तां एक जिहड़ी आत्मा है, मन है, वह फिर घूमण घेरी दे विच कदी पताल लोक, कदी आकाश लोक, ते कदी भूम लोक, इस तरह बारी बारी वो जूना दे विच दुख भोगदे ने, ते फिर इत्थे मर खप जांदे ने, ते फिर बारी मिलती है, फिर चले जाते हैं, फिर आते हैं, फिर चले जाते हैं। इस तरह चक्कर चल रहा है। एक नाम के व्यापारी बन के नाम का बणज कर लेंदे ने, ते नाम दे विच समा के हर जन हर हर नाम समाणे, दुख जन्म मरण पव खंडा है, अविनाशी पुरख पाया परमेसर, बसो बखंड ब्रह्मंडा। प्यारे वो बारी मिली है, मौका ना खजाइए। ये मौका बार बार नहीं मिलता, जे कहिए वार फिर दुआ सार सानू मनुखा जामा ही मिलना, यह नहीं हो सकता। मनुखा जामा नहीं सानू मिलना, यह सानू एक बारी मिली है। इस बारी की फिर इत सच्चे दरबार में इन्हें बारी मिली, इनू इन्हें की खटिया की गवाया। इन मार कहते क्या तय खटिया कहाँ गवाया, चलो सताब दीवान बुलाया, हर फरमान दरगह का आया। कितें की खटिया दुनिया ते रह के, की बीजिया किड़ा लाहा कटिया, किड़ा व्यापार किया, दसता सही ते व्यापार कदा करिया है। जिन्हें आशा बिलाशा तृष्णा संसे फिक्र जा काम करो लोभ मोहंकार निद्या चूल दुबधा ईरखा बैर विरोधे करी जाने। तो व्यापार तो नाम का बणज करना सी, आ व्यापारी हर के नाम के व्यापारी, किन्हीं बंसया कंसी ताबा किन्हीं लौंग सुपारी, संतो बन जा नाम गोबिंद का यह के बहमारी। इस तरह महाराज ने गुरबाणी दे विच सानू समझाया कई जेड़े नाम के व्यापारी जेड़े ने वह बणज करते ने, मनुखा जामा मिलता है, भगती करते ने, मालक नू मिल ले एक नू सोझी आ जाती है, ऐ कपड़ा मिले यदा लाहा खट लईए, भगती करते ने, पर पूरा गुरु नहीं मिलता उन्हां नू। अपनी मत नाल भगती करते ने, गुरु नहीं मिलता, तो हौली हौली उन्हां दे अंदर भगती करते करते नाम प्रगट हो जाता है। नाम प्रगट हो जाता है, सुवास खत्म हो जाते, तो सुवास खत्म हो जाते हैं। फिर इत्थे देवलोक दे विच उन्हां नू देवलोक दे विच रख्या जाता है। देव स्थाने क्या निशानी, तहबाजे शब्द अनाहद बाणी। देवत्यां दा वासा जिहड़ा वह नाम ते हुंदा है, वह नाम च समाए हुंदे ने, पर अगे सच की प्राप्ति नाम च समा के सच की प्राप्ति नहीं कीती हुंदी, ते फिर कित्थे रह जांदे ने, फिर इत्थे नाम ते रह जांदे ने। ते फिर महाराज वालों मौका दिता जाता है, गुर सेवा ते भगत कमाई तब ए मानस देही पाई, इस देही को सिमरे देव सो देही भज हर की से भजो गोबिंद भूल मत जाहो, मानस जन्म का यही लाहो। देवते लोचते ने इत्थे जिन नाम पर सच नाल मिलाप नहीं होया हुंदा ना, वह फिर लोचते जिहड़े गुरमुख नाम जपते ने, गुरु की शरण में जाते हैं, लाहा खटते ने, जितते बाजी जीवन की बाजी में जितते ने गुरु जी की शरण में जाके, पूरा गुरु उन्होंने मिल जाता। गुरमिल जीता हर हर कीता टूटी पीता परम गड़ा, वह गुरु ना मिल के वाह गुरु 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 वाह। वो दिन रात गुरु नू मिल के जपते ने नाम गुरु परमेश्वर का, क्योंकि उन्होंने तड़प होंगी कि हम मां जापा मिल गया, हूँ नाम की प्राप्ति करके सच में समा जाइए। तड़प होंगी, विराग होंदा उन्होंने अंदर विछोड़े का, इन्ना घबराग उठता को यहो जहा गुरु का प्यारा मिल जाए कि सानू रस्ता मिल जाए। जो उन्होंने रस्ता मिल जाता है नाम दे विच समाउंदे ने, सच नाल मिल लैंदे ने। जदों इत्थे इह देवलोक दे जीव जिहड़े ने गुरमुखां नू खेल जितदिआं नू वेखदे ने, फिर उन्हां चाह हुंदा महाराज सानू भी एक मौका दिओ, सानू भी मान जामा दे दिओ, फिर गुरसेवा दे भगत कमाई
तबे मानस देही पाही, इस देह को सिमरे देव, सो देही पज हर की से भुजो गोबिंद भूल मत जाहो, मानस जन्म कए ही लाहो। हुण लाहा है सारियां ले लाहा है, चाहे पताल लोक दा जीव है, चाहे भूम लोक दा है, चाहे अकाल लोक दा है। महाराज कहिंदे जिहड़ा भी भगती करेगा, जे गुरु की शरण में आ गया, गुरु ने बख्श लेना है। जे गुरु ने तो गल ना लाने है ना, गुरु किसी ना बैर विरोध नहीं करता, ईरखा नहीं, क्योंकि गुर परमेशर एको तो परमेश्वर का ही रूप है, गुर परमेश्वर एको जान, वह तो परमेश्वर का रूप हुंदा है। उन्हें तो उन्हें औगण नहीं चितारने, उन्हें पापा नहीं चितारना, साढ़े उन्हें साड़ी गलतियां नहीं चितारना। असी एक दूजे की गलतियां वेखते हैं, असी एक दूजे के पाप देखते हैं, औगण वेखते, फलाने ने आता, उन्हें आ किया, पर गुरु दे गुरु बड़ा दयालु है, कृपालू। शरण आया दी शरण आवै कंठ लावै, इहो बिरध स्वामी संदा। वो तो शरण आया दी लाज रख लैंदा, जिहड़ा महाराज की शरण में जाते ना ढह पैंदे, महाराज हुण मैनू रख लो, मैनू अपनी शरण में रख लो, मैनू अपने चरणों की प्रीत दे दिओ, कृपा कर दिओ, फिर वो देंदे ने जिहड़े मंगदे ने, महाराज कृपा करो, दया करो। जिहड़े अपने आप नूं त्याग के महाराज अगे बेनतियां करते हैं, हम कीरे किरम सतगुर सरनाई कर दया नाम परगास। महाराज जी मैं भुलिया होया हाँ, आप दे दर ते आया, महाराज मैनू चरणी ला लो, अपना सिमरन दे दिओ, बंदगी दे दिओ, मेरे पाप खंडन हो जाण, मेरे पापा वाली मैल लह जाए, जन्म मरण का रोग उतर जाए, सचे पातशाह हुण कृपा कर दे, मैं आप आ मन जामे का लाहा खट लवां। कहत कबीर सुनो रे संतो, खेद ही करो नबेड़ा, अब की बार बख्श बंदी को बहर ना पाव जल फेरा। महाराज हुण ना फेरा पवे, हुण तेरे च समा जाइए, तेरी गोद विच चले जाइए, ऐसी कृपा कर दे, फिर गुरु त्रुटदा है अपने सिख ते, खुश हो जाता है। सतगुर सिख को नाम धन दे, गुर का सिख वडभागी है, नाम की प्राप्ति होगी, ते चाहे वह भूम लोक दा है, चाहे उत पताल लोक दा है, चाहे वह देव लोक दा है, चाहे वह आकाश लोक दा है, वह बाजी जित जाता है। पर गुरु की शरण में आना पैंदा है, गुरु की संगत करनी पैंदी है। जदों गुरु की संगत में आवांगे, धन गुरु ग्रंथ साहिब महाराज फिर कृपा कर देंगे, फिर सानू महाराज ना बना देंगे, साड़ी टुट्टी गंढी जाएगी, तो सानू जन्म मरण का जिहड़ा गेड़ 84 का पिया होया प्यारियो मुक जाएगा। तो इस लाहा लईए, गुरु वाले बनीए, गुरु वाले बन के जींदे जी सच विच मोयां जित कर जाइए, तित जीव दिया मर मार, अनहर शब्द सुहावने पाइए गुर विचार, जिथे मर के जाना उत्थे जींदे जी चले जाइए। कि हाँ जो भी किसी दस के हाँ चले, महाराज ने कृपा करती हूँ बाजी जित के चले अपने घर, क्योंकि गुरमुख खेड जित जाते, जींदे जी खेड जित जाते, तो संसार में दस के जाते अपने साख संबंधियों भी, हुण असी बाजी जित लईए, हुण चले असी मालक दे घर। बुलावा आता फिर महाराज के घरों, पुत आ हुण चल उठ चल, तेनों लैन आए हैं, आनंद बाजे आ जिहड़ा नाम है, फिर अंत समय प्रगट हो जाता, आनंद नार प्रगट हो जाता है, फिर सुरत इस नाम में समा के खेल में जितती हुई निरंकार के घर चली जाती है। तो ये महाराज ने सानू गुरबाणी में खेल जितण का सारा अभ्यास करवाया होया है, शब्दों में दसिया होया है, पढ़ के बुझ के विचार के जीवन का लाहा ले लईए, बैर विरोध ईरखा नफर जातां पातां च नहीं पैना, धड़िया दे विच नहीं पैना, ये धड़िया नूं मिटाउणा है सिमरन करके, बंदगी करके बैर विरोध नूं मिटाउणा है, यही सानू 84 तो निकल नहीं दिंदा। लाहा लईए ते जीवन सवार लईए जी, ते होईआं फुल्लां दी खिमां जी। वाहिगुरू जी का खालसा, वाहिगुरू जी की फतेह।